ਪਿੰਡ ਮੇਗਰਾਇ ਉਤਾੜ ਵਿਖੇ ਚੋਨੇ ਦੀ ਫਸਲ ਨੂੰ ਜ਼ਹਿਰੀਲੀ ਸਪਰੇਅ ਕਰਨ ਦੇ ਜੁਰਮ ਤਹਿਤ 6 ਵਿਅਕਤੀਆਂ ਖਿਲਾਫ ਥਾਣਾ ਗੁਰੂਰਸਈ ਦੀ ਪੁਲਿਸ ਨੇ ਮਾਮਲਾ ਕੀਤਾ ਦਰਜ। ਹਲਕਾ ਗੁਰੂਰਸਈ ਦੇ ਅਦੀਨ ਪਿੰਦੇ ਪਿੰਡ ਮੇਗਰਾਇ ਉਤਾੜ ਵਿਖੇ ਚੋਨੇ ਦੀ ਫਸਲ ਨੂੰ ਜ਼ਹਿਰੀਲੀ ਸਪਰੇਅ ਕਰਨ ਅਤੇ ਗਾਲੀ-ਗਲੋਚ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ 6 ਵਿਅਕਤੀਆਂ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਥਾਣਾ ਗੁਰੂਰਸਈ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਸ ਮੌਕੇ ਥਾਣਾ ਗੁਰੂਰਸਈ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਓਮ ਪ੍ਰਕਾਸ਼ ਪੁੱਤਰ ਸਜਵਾਰ ਸਿੰਘ ਵਾਸੀ ਪਿੰਡ ਮੇ ਉਤਾੜ ਨੇ ਦੱਸਿਆ ਕਿ ਉਕਤ ਵਿਅਕਤੀ ਹਮਲਾਵਰ ਹੋ ਕੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਮੇਰੀ ਚੋਨੇ ਦੀ ਫਸਲ ਨੂੰ ਜ਼ਹਿਰੀਲੀ ਸਪਰੇਅ ਕਰ ਰਹੇ ਸਨ ਤਾਂ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੈਨੂੰ ਗਾਲੀ ਗਲੋਜ਼ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਕਿਹਾ ਕਿ ਇਹ ਜ਼ਮੀਨ ਸਾਡੀ ਹੈ ਇਸ ਮਾਮਲੇ ਦੀ ਜਾਂਚ ਕਰ ਰਿਹਾ ਸਹਾਇਕ ਥਾਣੇਦਾਰ ਆਤਮ ਸਿੰਘ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ 20 ਸਤੰਬਰ ਨੂੰ ਰਾਤ ਕਰੀਬ 10:30 ਵਜੇ ਓਮਪ੍ਰਕਾਸ਼ ਦੇ ਚੋਨੇ ਦੀ ਖੜੀ ਹੋਈ ਫਸਲ ਨੂੰ ਉਕਤ ਵਿਅਕਤੀ ਅਵਿਨਾਸ਼ ਸਿੰਘ ਪੁੱਤਰ ਦਰਸ਼ਨ ਸਿੰਘ ਪਰਤਹਾਨ ਭਗਵਾਨ ਸਿੰਘ ਭਗਵਾਨ ਸਿੰਘ ਪੁੱਤਰ ਕਾਸ਼ਾ ਸਿੰਘ ਪ੍ਰਕਾਸ਼ ਕੋਰ ਪਤਨੀ ਅਵਿਨਾਸ਼ ਸਿੰਘ ਮਨਜੀਤ ਕੋਰ ਪਤਨੀ ਦਰਸ਼ਨ ਸਿੰਘ ਵਾਸੀਆਂ ਮੇਘਰਾਏ ਉਤਾੜ ਅਤੇ ਪਰਮਜੀਤ ਸਿੰਘ ਪੁੱਤਰ ਗੰਗਾ ਸਿੰਘ ਵਾਸੀ ਮੇਗਾ ਪੰਜ ਗਰਾਈ ਲਾੜੀਆਂ ਨੇ ਜ਼ਹਿਰੀਲੀ ਸਪਰੇਅ ਕਰਕੇ ਚੋਨੇ ਦੀ ਫਸਲ ਨੂੰ ਖਰਾਬ ਕਰ ਦਿੱਤਾ ਗਿਆ ਹੈ ਅਤੇ ਗਾਲੀ ਗਲੋਜ਼ ਕੀਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ ਪੀੜਤ ਓਮ ਪ੍ਰਕਾਸ਼ ਦੇ ਬਿਆਨਾਂ ਤੇ ਉਕਤ ਵਿਅਕਤੀਆਂ ਖਿਲਾਫ ਥਾਣਾ ਗੁਰੂਵਰ ਸਹਿ ਵਿੱਚ ਸ਼ਨੀਵਾਰ ਨੂੰ ਅਪਰਾਧ ਜੁਰਮ 435 506 148 141 ਆਈ पीसी ਦੇ ਤਹਿਤ ਮਾਮਲਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।